ਗਰਮੀ ਜ਼ਿਆਦਾ ਨਾ ਚੱਲ ਫਿਰ ਵੀ, ਪਰ ਤੂੰ ਤਾਂ ਝੋਟਾ ਭਲਿਆ ਸਾਡੇ ਏਰੀਏ ਦਾ ਯਾਰ ਮਾਣ ਆ ਤੇਰੇ ਤੇ। ਬੱਸੀਆਂ ਦਾ ਤੋਂ ਰਾਏਕੋਟ ਵਾਲੀ ਹੈ। ਚਲੋ ਕੀ ਨਾਮ ਆਪਣਾ? ਰੇਡਰ ਚੈੱਕ ਕਰਦੇ ਹੋਏ ਕਰਾਰੀ ਜਾਪੀ ਹਠੂਰ ਦੀ ਟੀਮ ਆਈ ਹੋਈ ਆ, ਉਹ ਆਪਣੇ ਐਂਟਰੀ ਜ਼ਰੂਰ ਜਮ੍ਹਾਂ ਕਰਵਾ ਦੇਣ, ਮੇਰੀ ਬੇਨਤੀ ਹੈ ਜੀ। ਲਓ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰੂ ਊੜੇ ਜੀ। ਅੱਜ ਆਪਾਂ ਪਹੁੰਚੇ ਹਾਂ ਪਿੰਡ ਭੰਮੀਪੁਰਾ ਜੀ, ਇੱਥੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਜੀ। ਅੱਜ 75 ਕਿਲੋ ਵਜਰੀ ਮੁਕਾਬਲੇ ਆ, ਅਤੇ ਬਹੁਤ ਮੇਲਾ ਬਣਿਆ ਹੋਇਆ, ਰੌਣਕਾਂ ਬਾਹਰਾਂ ਲੱਗੀਆਂ ਹੋਈਆਂ। ਬਣੇ ਰਹੋ, ਬਲੋਗ ਨਾ ਸਕਿੱਪ ਨਾ ਕਰਿਓ, ਤੁਹਾਨੂੰ ਕਬੱਡੀ ਦੇ ਸਾਰੇ ਸਪੋਰਟੀ ਦੇ ਸਟਾਰ ਨੂੰ ਮਿਲਾਵਾਂਗੇ ਅੱਜ, ਜਿਨ੍ਹਾਂ ਨੇ 75 ਕਿਲੋ ਦੇ ਵਿੱਚ ਵੱਡੇ ਨਾਮ ਬਣਾਏ, ਟਰਾਫੀਆਂ ਬਣਾਈਆਂ ਹੋਈਆਂ, ਕਿਹਦੇ ਘਰ ਦਾ ਸ਼ਿੰਗਾਰ ਬਣ ਗਈਆਂ। 70 ਕਿਲੋ ਕਬੱਡੀ ਵਿੱਚ ਵਜਰੀ ਮੁਕਾਬਲੇ ਹੋਣੇ ਆ ਭੰਮੀਪੁਰੇ ਦੇ। ਬਹੁਤ ਸੋਹਣਾ ਟੂਰਨਾਮੈਂਟ ਕਰਾ ਰਹੇ ਆ ਭਰਾ ਸਾਡੇ, ਬੜੇ ਸੋਹਣੇ ਵਾਲਪੇਪਰ ਬਣਾਏ ਹੋਏ ਆ, ਦੇਖ ਸਕਦੇ ਹੋ ਤੁਸੀਂ ਅੱਜ ਕਿਹੜੇ ਘਰ ਦਾ ਸ਼ਿੰਗਾਰ ਬਣਨਗੇ। ਤੁਸੀਂ ਦੇਖ ਸਕਦੇ ਚਮ ਚਮਾਉਂਦੀਆਂ ਟਰਾਫੀਆਂ ਵਾ, ਕਿਹੜੇ ਚੋਬਰ ਅੱਜ ਇਹਨਾਂ ਨੂੰ ਚੁੰਮਣਗੇ, ਸਮੇਂ ਦੇ ਦਾ ਲਾਣਾ ਲੱਗ ਜਾਣਾ ਪਤਾ। ਕਹਿੰਦੇ ਹੁੰਦੇ ਆ ਮਿਹਨਤਾਂ ਦਾ ਪਸੀਨਾ, ਭਰਾ ਰਹੇ ਨੇ ਪੂਰੀਆਂ ਬੋਡੀਆਂ ਸ਼ਿੰਗਾਰੀਆਂ ਹੋਈਆਂ, ਮਿਹਨਤਾਂ ਕੀਤੀਆਂ। ਕਿਹੜਾ ਪਿੰਡ ਵੀਰੇ ਆਪਣਾ? ਬੱਸੀਆਂ ਵੇਟ ਬੱਸੀਆਂ ਦਾ ਤੋਂ ਰਾਏਕੋਟ ਵਾਲੀ ਹੈ। ਚਲੋ ਕੀ ਨਾਮ ਆਪਣਾ? ਸੁਲਤਾਨ। ਤੁਹਾਡਾ ਕੀ ਨਾਮ ਵੀਰੇ? ਤੁਹਾਡਾ ਕੀ ਨਾਮ ਵੀਰੇ? ਹਾਂਜੀ, ਯਾਰ ਤੁਹਾਡੀ ਮਿਹਨਤ ਨੂੰ ਬਹੁਤ ਕੁੱਟਣ ਕੁੱਟਣ ਪ੍ਰਣਾਮ ਆ, ਅਤੇ ਦੋ ਸ਼ਬਦ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ? ਵਧੀਆ ਟੂਰਨਾਮੈਂਟ ਆ ਬਾਈ, ਹਾਂ ਪਲੇਅਰਾਂ ਨੂੰ ਰੱਖਣ ਦੇ ਲਈ ਵਧੀਆ। ਓਕੇ, ਕਮੇਟੀ ਨੇ ਉਹ ਕੀਤਾ ਉਪਰਾਲਾ, ਓਕੇ ਵਧੀਆ ਪੁਆਇੰਟ ਦਿੰਦੇ ਆ, ਹਾਂ ਗਰਾਊਂਡ ਵੀ ਵਧੀਆ, ਓਕੇ ਗਰਮੀ ਦਾ ਕਰਕੇ ਆ ਬਸ ਉਹ ਹੋ ਗਿਆ, ਹਾਂ ਚਲੋ ਵਧੀਆ। ਫਿਰ ਵੀ ਬੈਸਟ ਆਫ ਲੱਕ ਅਗਲੇ ਮੈਚ ਲਈ, ਵਧੀਆ ਖੇਡੋ। ਮੈਂ ਹਰ ਮੈਚ ਤੋਂ ਬਾਅਦ ਜਿਹੜਾ ਗਰਾਊਂਡ ਨੂੰ ਪਾਣੀ ਛਿੜਕਾ ਕੀਤਾ ਜਾਂਦਾ, ਬਹੁਤ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਟੂਰਨਾਮੈਂਟ ਕਬੱਡੀਆਂ ਦੇ ਉੱਪਰ। ਆਹ ਹੁੰਦੀ ਆ ਮਤਪਨ, ਕਰੀ ਦੁਬਾਰਾ ਕਰੀ, ਕਰ ਤਾਂ ਸਹੀ, ਤੇਰੀ ਵੀਡੀਓ ਬਣਾਉਣਾ ਕਰ ਤਾਂ ਸਹੀ। ਮਸਤੀਆਂ ਮਸਤੀਆਂ ਇਹਨੂੰ ਕਹਿੰਦੇ, ਮਸਤੀਆਂ ਜ਼ਿੰਦਗੀ ਦੀਆਂ ਜੀ। ਲਓ ਜੀ ਰੇਂਜਰ ਸਾਈਕਲ ਮਿਲਦੇ ਆ ਜਿਹੜੇ ਭਰਾਵਾ, ਅੱਜ ਬੈਸਟ ਸਟੋਪਰ ਅਤੇ ਬੈਸਟ ਜਾਫੀ ਬਣਨਗੇ, ਇਹ ਵਾਲੇ ਰੇਂਜਰ ਸਾਈਕਲ ਮਿਲਣਗੇ ਬੈਸਟਾਂ ਨੂੰ। ਬਹੁਤ ਵਧੀਆ ਉਪਰਾਲਾ ਵਾ, ਸਾਡੀ ਏਰੀਏ ਦੀ ਮਾਣ ਆ ਸਾਡਾ। ਕੀ ਹਾਲ ਚਾਲ ਟੂਰਨਾਮੈਂਟ, ਕਿਵੇਂ ਲੱਗਦਾ ਮਾਹੌਲ? ਗਰਮੀ ਜ਼ਿਆਦਾ ਨਾ ਚੱਲ ਫਿਰ ਵੀ, ਪਰ ਤੂੰ ਤਾਂ ਝੋਟਾ ਭਲਿਆ ਸਾਡੇ ਏਰੀਏ ਦਾ ਯਾਰ ਮਾਣ ਆ ਤੇਰੇ ਤੇ। ਸ਼ੇਖੂਪੁਰੇ ਦਾ ਬਹੁਤ ਵੱਡਾ ਨਾਮ ਆ, ਨਿੱਕੇ ਸ਼ਬਦੀ ਕਲਾਂ ਨੂੰ ਖੇਡਣਗੇ ਅੱਜ। ਚਲੋ ਵਧੀਆ ਗੱਲ ਆ, ਤੇ ਜਤਾਓਗੇ ਫਿਰ ਬਿੰਦਰ ਬਣਾਓਗੇ ਲਾਡੀ। ਲਓ ਜੀ ਬਣਾਉਂਦੇ ਨੂੰ ਸਵਦੀ ਕਲਾਂ ਦੀ ਸਾਡੇ ਕਸਾਰੀ ਚੋਪਰ। ਕੀ ਹਾਲ ਆ ਵੀਰੇ, ਕੀ ਨਾਮ ਆ? ਸਵਦੀ ਕਲਾਂ, ਕਿਹੜੇ ਪਾਸੇ ਘਰ? ਓਕੇ ਮਾਹੌਲ ਕ੍ਰਿਕਟ ਦੀ ਵੀ ਬਹੁਤ ਵਧੀਆ ਪ੍ਰਮੋਟ ਕਰਦੇ ਆ, ਕਬੱਡੀ ਸਵਦੀ ਵਾਲੇ ਦੀ ਕਬੱਡੀ ਵੀ ਪ੍ਰਮੋਟ ਕਰਦੇ ਆ, ਤੇ ਅੱਜ ਖੇਡਣ ਵਾਸਤੇ ਆਏ ਹੋ, ਤੇ ਕਿਵੇਂ ਲੱਗਦਾ ਮਾਹੌਲ ਕਬੱਡੀ ਦਾ? ਸੀਜ਼ਨ ਦੀ ਸ਼ੁਰੂਆਤ ਹੋ ਗਈ ਆ, ਤੇ ਪਰੋਂਗੇ ਪਏ ਨੰਬਰ ਪਾਓਗੇ ਸਵਦੀ ਵਾਲੇ ਬਹੁਤ ਟੂਰਨਾਮੈਂਟਾਂ ਦੇ, ਤੇ ਆਹ ਦੇ ਟੂਰਨਾਮੈਂਟ ਨੂੰ ਕੀ ਕਹਿਣਾ ਚਾਹੁੰਗੇ? ਦੋ ਸ਼ਬਦ ਪਰੋਂਗੇ ਕੀ ਬੱਟੀ ਵੱਲੋਂ ਤੇ ਕਿੰਨੇ ਪਲੇਅਰ ਖੇਡਦੇ ਸਵਦੀ ਦੇ? ਸਵਦੀ ਦੇ ਕਿੰਨੇ ਪਲੇਅਰ ਖੇਡਦੇ ਟੀਮ ਦੇ ਵਿੱਚ? ਸਵਦੀ ਦੇ ਪਲੇਅਰ ਕਿੰਨੇ ਖੇਡਦੇ ਟੀਮ ਦੇ ਵਿੱਚ? ਸਿੱਖ ਸਰਦਾਰ ਗੱਭਰੂ ਆ, ਕਿਵੇਂ ਲੱਗਦਾ ਮਾਹੌਲ ਕਬੱਡੀ ਦਾ? ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਆ, ਤੇ ਪਾਉਂਗੇ ਇਸ ਵਾਰ ਖਿਲਾੜੀ? ਇਸ ਵਾਰ ਪਾਉਂਗੇ ਖਿਲਾੜੀ? ਫਿਰ ਪੂਰੇ ਪੂਰੇ ਸਵਦੀ ਦਾ ਨਾਮ ਬਣਾਉਂਗੇ ਨਾ, ਉੱਚਾ ਕਰੋਗੇ ਨਾ? ਚਲੋ ਵਧੀਆ ਗੱਲ ਆ, ਬਹੁਤ ਬੈਸਟ ਆਫ ਲੱਕ ਆ, ਵਧੀਆ ਖੇਡਿਓ, ਸ਼ਾਬਾਸ਼।
ਜੱਗਾ ਬਾਈ ਸਬਦੀ ਗਲਾ ਜੱਗਾ ਬਾਈ ਕਬੱਡੀ ਦੁਨੀਆਂ ਦਾ ਬੇਦਾਗ ਬਾਦਸ਼ਾਹ ਕਬੱਡੀ ਦੀ ਸ਼ੁਰੂਆਤ ਹੋ ਗਈ ਸੀਜ਼ਨ ਦੀ ਕਰੋਗੇ ਫਿਰ ਰੌਣਕਾਂ ਲਾਓਗੇ ਸਰ ਅੱਛਾ ਪਹਿਲੇ ਲੱਗਿਆ ਸ਼ੁਰੂਆਤ ਹੋਈ ਹੈ ਨਾ ਇਕੱਲੇ ਬਹੁਤ ਟਾਈਮ ਪਿਆ ਵੈਸਟ ਇਲਾਕਾ ਤੇ ਕ੍ਰਿਕਟ ਦਾ ਵੀ ਟੂਰਨਾਮੈਂਟ ਫਿਰ ਹੋ ਰਿਹਾ ਹੈ 13-14-15 ਗੁੱਡ ਗੁੱਡ ਲਓ ਜੀ ਬਾਬਾ ਰੋਡੂ ਕਲੱਬ ਕਿਉਂਕਿ ਵਾਲੇ ਭਰਾ ਸਾਡੇ ਪੁੱਜਿਆ ਕੀ ਹਾਲ ਵੀਰੇ ਕੀ ਨਾਮ ਆ ਕਿਉਂਕਿ ਤਾਂ ਨਾਮ ਬੜਾ ਮਸ਼ਹੂਰ ਆ ਕਬੱਡੀ ਦੁਨੀਆਂ ਦੇ ਵਿੱਚ ਤੇ ਸੀਜ਼ਨ ਦੀ ਸ਼ੁਰੂਆਤ ਹੋਈ ਆ ਤੇ ਕਰਾਉਂਗੇ ਫਿਰ ਬੱਲੇ ਬੱਲੇ ਤੇ 3-4-5 ਕੌਂਕੇ ਵੀ ਟੂਰਨਾਮੈਂਟ ਹੈ ਨਾ ਬਹੁਤ ਤਕੜਾ ਲੱਗਦਾ ਹਾਂ 3-4 ਰਿੰਕੂ ਭਰਾ ਹੋਣਾ ਹੈ ਨਾ ਰਿੰਕੂ ਸਾਡੇ ਯਾਰ ਯਾਰ ਨੂੰ ਸੱਦੇ ਬੱਤੇ ਦੇ ਆ ਤੇ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਬਾਰੇ ਦੋ ਸ਼ਬਦ ਕੀ ਕਹੋਗੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਬਾਰੇ ਜਿਹੜਾ ਮਾਹੌਲ ਬਣਾਇਆ ਦੋ ਸ਼ਬਦ ਕੀ ਕਹੋਗੇ ਇਹਨਾਂ ਬਾਰੇ ਕਵੀ ਕਮੀ ਤਾਂ ਲੱਗੀ ਗਈ ਟ੍ਰੈਕਟਰ ਚੈੱਕ ਕਰਦੇ ਹੋਏ ਕਰਾਰੀ ਜਾਪੀ ਹਟੂਰ ਦੀ ਟੀਮ ਆਈ ਹੋਈ ਆ ਉਹ ਆਪਣੇ ਐਂਟਰੀ ਜ਼ਰੂਰ ਜਮ੍ਹਾਂ ਕਰਵਾ ਦੇਣ ਮੇਰੀ ਬੇਨਤੀ ਹੈ ਜੀ ਦੁਨੀਆਂ ਦੇ ਵਿੱਚ ਬੇਤਾਸ਼ ਬਾਦਸ਼ਾਹ ਪਿੰਡ ਕਹਿ ਸਕਦੇ ਟੂਸਿਆਂ ਨੂੰ ਇੰਦਰ ਕੀ ਵਾਲਾ ਵੀਰੇ ਬਹੁਤ ਮਾਣ ਕੀਤਾ ਕੌਂਕੇ ਵਾਲੇ ਭਰਾਵਾਂ ਨੇ ਕੌਂਕੇ ਦੀ ਆਪਦੀ ਟੀਮ ਵਧੀ ਆ ਤੇ ਉੱਪਰ ਦੀ ਰੇਡਰ ਵੀ ਬਹੁਤ ਟੌਪ ਦਾ ਲੈ ਲਿਆ ਤੇ ਟੂਰਨਾਮੈਂਟ ਜਿੱਤੋਗੇ ਅੱਜ ਦੇਖੋ ਪਰਮਾਤਮਾ ਦਾ ਹੱਥ ਹੈ ਜੀ ਚਲੋ ਗੋਟਾ ਗੋਟਾ ਬਾਕੀ ਕਿਸਮਤ ਹੁੰਦੀ ਆ ਮਿਹਨਤ ਕਰਨਾ ਆਪਣਾ ਫਰਜ਼ ਬਣਦਾ ਤੇ ਅੱਜ ਸ਼ੁਰੂਆਤ ਹੋ ਗਈ ਸੀਜ਼ਨ ਦੀ ਕਬੱਡੀ ਦੁਨੀਆਂ ਤੇ ਇਸ ਸੀਜ਼ਨ ਦੇ ਵਿੱਚ ਪਰਮਾਤਮਾ ਤੁਹਾਡੇ ਮਿਹਰ ਕਰੇ ਬੱਲੇ ਬੱਲੇ ਹੋਵੇ ਤੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਬਾਰੇ ਦੋ ਸ਼ਬਦ ਕੀ ਕਹੋਗੇ ਮੇਲੇ ਬਾਰੇ ਮੇਲੇ ਬਾਰੇ ਦੋ ਸ਼ਬਦ ਕੀ ਕਹੋਗੇ ਨੌਮੀ ਇਹਨਾਂ ਸਾਰੇ ਭਰਾਵਾਂ ਵੱਲੋਂ ਜਿਹੜਾ ਕਿ ਮੇਲੇ ਨੂੰ ਸਹਿਯੋਗ ਦਿੱਤੇ ਗਏ ਆ ਭਰਾਵਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਵਾਲਪੇਪਰ ਤੇ ਫੋਟੋਆਂ ਜਿਹੀਆਂ ਲੱਗੀਆਂ ਹੋਈਆਂ ਭਰਾਵਾਂ ਸਾਰੇ ਜਿਹਨਾਂ ਭਰਾਵਾਂ ਦਾ ਵਿਸ਼ੇਸ਼ ਜਿਹੜੇ ਸਹਿਯੋਗ ਕੀਤੇ ਗਏ ਆ ਟੂਰਨਾਮੈਂਟ ਨੂੰ ਕਰਾਉਣ ਦੀ ਖਾਤਰ ਲਓ ਜੀ ਦੇਖੋ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਚਾਰੇ ਪਾਸੇ ਐਨ ਤੁਸੀਂ ਦੇਖ ਸਕਦੇ ਹੋ ਪੂਰਾ ਐਨ ਮਾਹੌਲ ਵੱਜਿਆ ਪਿਆ ਵਾ ਬਹੁਤ ਚਾਰੇ ਪਾਸੇ ਕਬੱਡੀ ਦੇ ਦੀਵਾਨੇ ਭਰਾ ਸਾਡੇ ਮੈਚ ਦੇਖਣ ਵਾਸਤੇ ਪੁੱਜੇ ਹੋਏ ਆ ਲਓ ਜੀ ਦੇਖੋ ਆਹ ਵੀ ਇੱਕ ਮੇਲਿਆਂ ਦੀ ਸ਼ਾਨ ਆ ਰੇਹੜੀਆਂ ਕਿਉਂਕਿ ਕਬੱਡੀ ਟੂਰਨਾਮੈਂਟ ਇਹਨਾਂ ਭਰਾਵਾਂ ਦੇ ਵੀ ਰੁਜ਼ਗਾਰ ਚੱਲਦੇ ਆ ਦੇਖੋ ਚਾਰੇ ਪਾਸੇ ਇਹ ਵੀ ਆਸਾ ਦੀ ਉਮੀਦਾਂ ਲੈ ਕੇ ਆਉਂਦੇ ਆ ਭਰਾ ਕਿ ਸਾਨੂੰ ਚਾਰ ਪੈਸੇ ਬਣਨਗੇ ਜ਼ਰੂਰ ਇਹਨਾਂ ਭਰਾਵਾਂ ਦੀ ਯਾਰ ਮਦਦ ਕਰਿਆ ਕਰੋ ਕੋਈ ਨਾ ਕੋਈ ਖਾਇਆ ਪੀਆ ਕਰੋ ਇਹਨਾਂ ਤੋਂ ਵੀ